ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਮਰੀਕੀ ਸਟੱਡੀ ਦਾ ਵੱਡਾ ਦਾਵਾ ਭਾਰਤ ਵਿੱਚ ਆਉਣ ਵਾਲੀ ਹੈ ਵੱਡੀ ਤਬਾਹੀ ਪੂਰੀ ਵੀਡੀਓ ਦੋਸਤੋ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਟਾਰ ਰਿਹਾ ਹੈ ਹੋਂ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਨੂੰ ਬਿਸਤਰੇ ਨਹੀਂ ਮਿਲ ਰਹੇ ਇਸ ਸਮੇਂ ਇੱਕ ਦਿਨ ਵਿੱਚ ਕਰੋਨਾ ਦੇ 3 ਲੱਖ ਤੋਂ ਵੱਧ ਮਾਮਲੇ ਆ ਰਹੇ ਹਨ ਤੇ 2000 ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ ਦੇਸ਼ ਦੀ ਸਿਹਤ ਪ੍ਰਣਾਲੀ ਵੀ ਡੱਗ ਮੰਗਾ ਗਈ ਆ ਆਕਸੀਜਨ ਤੋਂ ਲੈ ਕੇ ਬਿਸਤਰੇ ਅਤੇ ਦਵਾਈਆਂ ਤੱਕ ਲੋਕਾਂ ਵਿੱਚ ਹਾਹਾਕਾਰ ਮਚ ਰਹੀ ਹੈ ਪਰ ਅੰਦਾਜ਼ਾ ਲਾਓ ਕਿ ਇੱਕ ਦਿਨ ਦੇ ਵਿੱਚ 8 ਲੱਖ ਤੋਂ ਵੱਧ ਕੇਸ ਮਿਲਣਗੇ ਤੇ 5000 ਮੌਤਾਂ ਹੋਣਗੀਆਂ ਫਿਰ ਦੇਸ਼ ਦੀ ਕੀ ਸਥਿਤੀ ਹੋਵੇਗੀ ਦੋਸਤੋ ਦਰਅਸਲ ਅਮਰੀਕੀ ਅਧਾਨ ਦੇ ਵਿੱਚ ਇਹ ਅਨੁਮਾਨ ਲਾਇਆ ਗਿਆ ਹੈ ਕਿ ਕਰੋਨਾ ਭਾਰਤ ਵਿੱਚ ਮਈ ਦੇ ਮੱਧ ਵਿੱਚ ਆਪਣੇ ਸਿਖਰ ਤੇ ਆਵੇਗੀ ਇਸ ਸਮੇਂ ਦੌਰਾਨ ਹਰ ਦਿਨ 5000 ਤੋਂ ਜ਼ਿਆਦਾ ਮੌਤਾਂ ਹੋਣਗੀਆਂ ਇੱਕ ਰਿਪੋਰਟ ਦੇ ਅਨੁਸਾਰ ਯੂਐਸ ਦੇ ਅਧਾਨ ਨੇ ਸਾਵਧਾਨ ਕੀਤਾ ਹੈ ਕਿ ਮਈ ਦੇ ਅੱਧ ਤੱਕ ਭਾਰਤ ਵਿੱਚ ਹਰ ਰੋਜ਼ ਕਰੋਨਾ ਵਾਇਰਸ ਦੇ ਕਰਕੇ ਹੋ ਰਹੀਆਂ ਮੌਤਾਂ ਦੀ ਗਿਣਤੀ 5600 ਤੱਕ ਪਹੁੰਚ ਸਕਦੀ ਆ ਇਸ ਦਾ ਅਰਥ ਹੋਵੇਗਾ ਕਿ ਅਪ੍ਰੈਲ ਤੋਂ ਅਗਸਤ ਦੇ ਵਿਚਾਲੇ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕਾਰਨ ਤਕਰੀਬਨ 3 ਲੱਖ ਲੋਕ ਆਪਣੀ ਜਾਨ ਗਵਾ ਸਕਦੇ ਹਨ ਟੀਕਾਕਰਨ ਹੀ ਭਾਰਤ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਨੂੰ ਘਟਾ ਸਕਦਾ ਹੈ ਆਈ ਐਚ ਐਮਈ ਮਹਾਰਾ ਦੇ ਅਨੁਸਾਰ ਉਨ੍ਹਾਂ ਨੇ ਅਧਿਐਨ ਕਰਕੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕਰੋਨਾ ਵਾਇਰਸ ਭਾਰਤ ਵਿੱਚ ਬਹੁਤ ਭੈੜੀ ਸਥਿਤੀ ਵਿੱਚ ਪੈਦਾ ਹੋਣ ਵਾਲਾ ਹੈ ਇਸ ਅਧਿਐਨ ਦੇ ਲਈ ਮਹਾਰਾ ਨੇ ਭਾਰਤ ਵਿੱਚ ਲਾਗਤ ਅਤੇ ਮੌਤਾਂ ਦੀ ਮੌਜੂਦਾ ਦਰ ਦਾ ਮੁਲਾਂਕਣ ਕੀਤਾ ਹੈ ਇਸ ਅਧਿਐਨ ਦੇ ਵਿੱਚ ਇਹ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਵਿੱਚ ਇਸ ਸਾਲ 10 ਮਈ ਤੱਕ ਇੱਕ ਦਿਨ ਵਿੱਚ ਕਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 5600 ਤੱਕ ਪਹੁੰਚ ਜਾਵੇਗੀ ਇਸ ਦੇ ਨਾਲ ਹੀ 12 April ਤੋਂ 1 ਅਗਸਤ ਦੇ ਦਰਮਿਆਨ 329000 ਮੌਤਾਂ ਦਾ ਅਨੁਮਾਨ ਲਾਇਆ ਗਿਆ ਇਸੇ ਤਰ੍ਹਾਂ ਜੁਲਾਈ ਦੇ ਅੰਤ ਤੱਕ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਜਾਨ ਗੁਆਣ ਵਾਲੇ ਲੋਕਾਂ ਦੀ ਗਿਣਤੀ 665000 ਨੂੰ ਪਾਰ ਕਰ ਜਾਵੇਗੀ ਇਸ ਦੇ ਨਾਲ ਹੀ ਅਧਿਆਨ ਦੇ ਵਿੱਚ ਇਹ ਵੀ ਅੰਦਾਜ਼ਾ ਲਾਇਆ ਗਿਆ ਹੈ ਕਿ ਮਈ ਦੇ ਦੂਜੇ ਹਫਤੇ ਤੱਕ ਦੇਸ਼ ਵਿੱਚ ਇੱਕੋ ਦਿਨ ਵਿੱਚ ਪ੍ਰਾਪਤ ਹੋਏ ਕਰੋਨਾ ਮਰੀਜ਼ਾਂ ਦੀ ਗਿਣਤੀ 8 ਲੱਖ ਨੂੰ ਪਾਰ ਕਰ ਜਾਵੇਗੀ ਸੋ ਦੋਸਤੋ ਇਹ ਵੱਡੀ ਖਬਰ ਆ ਵੱਡੀ ਰਿਸਰਚ ਆ ਜਿਹੜੀ ਅਮਰੀਕਾ ਨੇ ਭਾਰਤ ਵਿੱਚ ਕੀਤੀ ਆ ਤੁਹਾਨੂੰ ਕੀ ਲੱਗਦਾ ਆਪਣੇ ਕੀਮਤੀ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਚੋਂ ਜਰੂਰ ਲਿਖੋ ਮੇਰੇ ਯਾਰ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਭਾਰਤ ਦੇ ਕੀ ਦਿਸ਼ਾ ਹੋਣ ਵਾਲੀ ਆ ਭਾਰਤ ਦੇ ਵਿੱਚ ਜਿਹੜੀ ਵੱਡੀ ਚੇਤਾਵਨੀ ਆ ਸੋ ਵੱਤੋ ਵੱਤ ਸ਼ੇਅਰ ਕਰੋ ਧੰਨਵਾਦ